ਅਸਲਾਮ ਵਾਲੇਕੁਮ, ਤੁਸੀਂ ਇਹ ਵਕਤ ਦੇਖਦੇ ਪਿਓ ਦੁੱਖ ਸੁੱਖ ਚੈਨਲ ਯੂਟਿਊਬ 'ਤੇ। ਇਹ ਫਸਲ ਕੋ ਕਿਆ ਆਖਿਆ ਵੇਂਦੇ ਤੁਹਾਨੂੰ ਪਤਾ ਹੈ? ਚਲੋ ਮੈਂ ਦੱਸਣਾ, ਇੱਕ ਸੂਰਜ ਮੱਖੀ ਆਖਿਆ ਵੇਂਦੇ, ਔਰ ਇਹ ਫਸਲ ਦੇ ਨਾਲ ਜਿਹਨ ਘਿਓ ਤਿਆਰ ਕੀਤਾ ਵੇਂਦੇ, ਐਲ ਤਿਆਰ ਕੀਤਾ ਵੇਂਦੇ, ਔਰ ਇਹਦੀ ਇਹ ਫਸਲ ਹੁਣ ਤਿਆਰ ਥੀ ਵਾਲੀ ਹੈ। ਲੇਕਿਨ ਅਫਸੋਸ ਦਾ ਮਕਾਮ ਹੈ, ਜੋ ਜਿਹੜੀ ਵੀ ਫਸਲ ਕਾਸ਼ਤਕਾਰ ਕਿਸਾਨ ਕਾਸ਼ਤ ਕਰੇ ਦੇਣ, ਹੁਣ ਦਾ ਰੇਟ ਕੰਮ ਥੀ ਵੇਂਦੇ। ਹੁਣ ਅੱਜ ਕੱਲ੍ਹ ਗੰਦਮ ਰਹੀ ਜੇ ਨੇ 3,2800 ਰੇਟ ਹੈ, ਜਦਕਿ 5,000 ਰੁਪਇਆ ਰੇਟ ਹੋਣਾ ਚਾਹੀਦਾ। ਉਹਨੇ ਮਹਿੰਗੀ ਖਾਦ ਕੀਤੀ ਹੈ, ਮਹਿੰਗੇ ਪਾਣੀ ਕੀਤੇ ਨੇ, ਬਿਜਲੀ ਦੇ ਬਿੱਲ ਹਰ ਸ਼ਾਇ ਕਰਦੇ, ਵਾਪਦਾ ਚਲਾਏ ਨੇ, ਸਿਊ ਪਾਣੀ ਇਹ ਕਹਿਣਾ, ਲੇਕਿਨ ਬਰਬਾਦ ਕਿਸਾਨ ਕਰ ਗਏ ਨੇ। ਉਹ ਨਿਗਰਾਨ ਹਕੂਮਤ ਆਈ ਹੈ, 45,000 ਟਨ ਜਨਾਬ ਯੂਕਰੇਨ ਚਾਹ ਤੇ ਉਹ ਰੱਖੀ ਗਏ, ਉਹ ਗੰਦਮ ਗਲਦੀ ਪਈ ਵੱਲ ਬਈ ਕਾਸ਼ ਥੀ ਗਈ, ਜ਼ੁਲਮ ਹੈ ਖੁਦਾ ਦਾ। ਬਹਰਹਾਲ ਹੁਣ ਇਹ ਫਸਲ ਦਾ ਪਤਾ ਨਹੀਂ ਹੁਣ ਕਿਆ ਰੇਟ ਕੱਢੇ ਦੇਣ, ਅੱਲਾ ਰਹਿਮਤ ਕਰਦੇ, ਕਿਤਨੀ ਲੋਕ ਮੁਸ਼ਕਤ ਨਾਲ ਇਹ ਕਾਸ਼ ਕਰਨ। ਬਹਰਹਾਲ ਇਹਦਾ ਨਾਂ ਸੂਰਜ ਮੱਖੀ ਹੈ, ਇਹਦੀ ਸ਼ਕਲ ਸੂਰਜ ਵਾਲੀ ਕਾਰ ਹੈ, ਹੀ ਵਾਸਤੇ ਇੱਕ ਸੂਰਜ ਮੱਖੀ ਆਖਿਆ ਵੇਂਦੇ, ਔਰ ਇਹਦੇ ਨਾਲ ਘਿਓ ਤਿਆਰ ਕੀਤਾ ਵੇਂਦੇ। ਇਹ ਜਿਉਂ ਜਿਉਂ ਸੂਰਜ ਢਲਦੇ ਵੇਂਦਾ, ਇਹ ਵੀ ਤਲੇ ਮੂੰਹ ਇਵੇਂ ਸਟੇਂਦੀ ਵੇਂਦੀ। ਬਹਰਹਾਲ ਦੁਪਹਿਰੇ ਕੋ ਇਹਦਾ ਪੂਰਾ ਜੋ ਬਣਾਉਂਦੇ, ਜਿਉਂ ਜਿਉਂ ਸ਼ਾਮ ਦਾ ਟਾਈਮ ਥੀਂਦਾ, ਇਹ ਵੀ ਤਲੇ ਕਮਜ਼ੋਰ ਥੀਂਦੀ ਵੇਂਦੀ। ਅੱਗੋਂ ਤਾਂ ਮੈਂ ਤੁਹਾਨੂੰ ਆਪਣੀ ਕਾਸ਼ਤ ਦਿਖੇਂਦਾ, ਬੜੀ ਖੂਬਸੂਰਤ ਫਸਲ ਹੈ, ਪਰ ਇਹਨੂੰ ਬੜਾ ਸੋਹਣਾ ਇਹਦਾ ਨਜ਼ਾਰਾ ਹੈ। ਇਹ ਨਜ਼ਾਰੇ ਹਰ ਬੰਦੇ ਨੂੰ ਨਸੀਬ ਨਹੀਂ ਥੀਂਦੇ, ਸ਼ਾਇਦ ਜਿਵੇਂ ਕਰਾਚੀ ਹੈ, ਲਾਹੌਰ ਹੈ, ਪਿਸ਼ਾਵਰ ਦੇ ਲੋਕ ਹਨ, ਪਹਾੜ ਦੇ ਇਲਾਕੇ ਦੇ, ਖੈਬਰ ਪਖਤੂਨ ਹੈ, ਉੱਥੇ ਇਹ ਚੀਜ਼ ਦਾ ਨਜ਼ਾਰਾ ਕੋਈ ਨਹੀਂ ਕਰ ਸਕਦਾ। ਯੂਟਿਊਬ ਦੇ ਜ਼ਰੀਏ ਵੀ ਦਿਖਾ ਸਕਦੇ ਸੀ, ਠੀਕ ਹੈ। ਇਹ ਉੱਥਾਂ ਇਹ ਫਸਲਾਂ ਕਾਸ਼ਤ ਕਰਨੀ ਸੀ ਨਾ, ਪਹਾੜਾਂ ਦੇ ਇਲਾਕੇ ਨਹੀਂ ਸੀ ਨਾ, ਇਹ ਸਿਰਫ ਜ਼ਿਆਦਾਤਰ ਜਨੂਬੀ ਪੰਜਾਬ ਦੇ ਇਲਾਕੇ ਦੇ ਵਿੱਚ ਜਾਂ ਕੁਝ ਪੰਜਾਬ ਦੇ ਇਲਾਕੇ, ਬੇਸ਼ਤਰ ਇਲਾਕੇ ਦੇ ਵਿੱਚ ਇਹ ਫਸਲ ਕਾਸ਼ਤ ਹੁੰਦੀ ਹੈ। ਕੈਮਰਾਮੈਨ ਨੂੰ ਮੈਂ ਅਕਸਾਂ ਇਹ ਤੁਹਾਨੂੰ ਪੂਰੀ ਫਸਲ ਲਿਖਾਵੇ। ਚੈਨਲ ਕੋ ਸਬਸਕ੍ਰਾਈਬ ਕਰ ਲਿੱਤੇ ਵੇ।